ਪੰਜਾਬ 'ਚ ਲਗਾਤਾਰ ਆ ਰਹੇ ਬਾਹਰਲੇ ਸੂਬਿਆਂ ਤੋਂ ਸ਼ਰਾਬ ਬਰਨਾਲਾ ਪੁਲਿਸ ਨੇ 65 ਪੇਟੀਆਂ ਨਾਲ ਸ਼ਰਾਬ ਬਰਾਮਦ ਕੀਤੀ। ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ 780 ਬੋਤਲਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ 2 ਲੋਕਾਂ ਨੂੰ ਇਸ ਪੂਰੇ ਮਾਮਲੇ 'ਚ ਕਾਬੂ ਕੀਤਾ। ਚੰਡੀਗੜ੍ਹ 'ਚ ਕੈਬ ਚਲਾਉਂਦੇ ਸੀ ਇਹ ਮੁਲਜ਼ਮ। ਬਰਨਾਲਾ ਪੁਲਿਸ ਨੇ 65 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ 780 ਬੋਤਲਾਂ ਬਰਾਮਦ, 2 ਲੋਕਾਂ ਨੂੰ ਕਾਬੂ ਕੀਤਾ ਗਿਆ ਪੁਲਿਸ ਵੱਲੋਂ। ਤੁਹਾਨੂੰ ਦੱਸ ਦਈਏ ਇਸ ਪੂਰੇ ਮਾਮਲੇ 'ਚ ਚੰਡੀਗੜ੍ਹ 'ਚ ਇਹ ਮੁਲਜ਼ਮ ਕੈਬ ਚਲਾਉਂਦੇ ਸੀ। ਪੰਜਾਬ 'ਚ ਲਗਾਤਾਰ ਆ ਰਹੀ ਬਾਹਰਲੇ ਸੂਬਿਆਂ ਤੋਂ ਸ਼ਰਾਬ, ਬਰਨਾਲਾ ਪੁਲਿਸ ਨੇ 65 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।